हाँ जी सत श्रीकाल सारे सारे यूट्यूब चैनल में। सो अज बजे टाइम सवेर के 4 असं अज अज की सवेरे उठे हाँ क्योंकि असं जाना सांझी तारन। तो दिखावे कि ना सांझी की होंगी है तो किमें किमें सांझी तारन जाते हैं तो दिखावे असं हम असं तौरन लगे तो तुम दिखाने मूहरे मोड़ लिया पैलस के मूहरे मोड़ लिया देखा तो जाता नहीं गा निका जा तू है चल देखो साडा सूआ चाहके थले हाथ जो पवे फेर ही दीवे छ ਹਾਂਜੀ ਜਿਵੇਂ ਤੁਹਾਨੂੰ ਦਿਖਾਇਆ ਸੀ ਅਸੀਂ ਹਾਂ ਸਾਂਝੀ ਤਾਰ ਕੇ ਆਏ ਸੀ। ਹੁਣ ਸਾਂਝੀ ਤਾਰਨ ਤੋਂ ਬਾਅਦ ਸ਼ਾਮ ਹੋ ਗਈ ਸੀ। ਉਸ ਤੋਂ ਬਾਅਦ ਅਸੀਂ ਵਲੌਗ ਨਹੀਂ ਬਣਾ ਪਾਏ ਜਦੋਂ ਸ਼ਾਮ ਹੋ ਗਈ ਆ। ਹੁਣ ਅਸੀਂ ਰਾਵਣ ਬਣਾਇਆ ਗਾ ਸਾਰਾ ਦੁਪਹਿਰ ਉੱਥੋਂ ਆ ਕੇ 6 ਵਜੇ ਤੋਂ ਲੈ ਕੇ ਹੁਣ ਤੀਕਰ ਸਾਡਾ ਸਾਰਾ ਰਾਵਣ ਬਣਿਆ। ਸੋ ਹੁਣ ਘਰ ਗਏ ਸੀ ਨਹਾ ਧੋ ਕੇ ਇੱਥੇ ਫੇਰ ਆ ਗਏ ਹਾਂ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਰਾਵਣ ਕਿਹੋ ਜਿਹਾ ਬਣਿਆ ਅਤੇ ਮਚਾਉਂਦੇ ਹੋਏ ਦਿਖਾਵਾਂਗੇ ਕਿਉਂਕਿ ਉਹਨਾਂ ਦੇ ਵਿੱਚ ਨਾ ਬਹੁਤ ਪਟਾਕੇ ਪਾਏ ਹੋਏ ਆ। ਉਹ ਦੇਖੋ ਇੱਕ ਹੋਰ ਪਟਾਕਾ ਚਲਾਉਣ ਲੱਗਿਆ। ना तेरा कहना बना लगा।
ਦੇਖ ਗਿਆ ਨਹੀਂ ਸੀ ਮੰਮੀ ਮੈਂ ਕਿਹਾ ਕਿਤੇ ਅਵੀ ਆ ਦੇਖੋ ਮੈਂ ਕਰਦਾ ਡਿਸਲਾਈਕ ਤੇ ਕਰਦੇ ਮੈਂ ਕਮੈਂਟ ਤੇ ਨਹੀਂ ਕੋਈ ਨਹੀਂ ਕੋਈ ਆ ਦੇਖੋ ਟੱਟੀ ਗਾਣਾ ਜਿਹੜਾ ਆ ਦੇਖ ਲਓ ਰਾਵਣ ਸਾਡਾ ਸਾਰਿਆਂ ਨੇ ਮਿਹਨਤ ਕਰਕੇ ਆ ਬਣਾਇਆ ਸਾਰਾ ਕੁਛ ਹੀ ਦੁਸ਼ਹਿਰੇ ਦਾ ਪਟਾਕਾ ਚਲਾਉਣ ਲੱਗ ਪਿਆ ਚੱਲਿਆ ਤਾਂ ਹੈ ਨੀ ਚਲਾ ਰਹੇ ਕੱਚਾ ਹੀ ਰਹਿ ਗਿਆ ਬੇਚਾਰਾ ਆ ਇਹਦੀ ਮੰਮੀ ਡੈਡੀ ਇਹ ਮੁੰਡੇ ਤੇ ਤੇ ਕੜਾ ਕੇ ਰੱਖਿਆ ਵੇ ਤੇ ਅਸੀਂ ਆ ਬੈਠੇ ਹਾਂ ਜਦੋਂ ਸਾਰੇ ਜਣੇ ਆਉਣਗੇ ਹੁਣ ਇੱਥੋਂ ਕੁਛ ਚੁੱਕ ਕੇ ਕਿਸੇ ਹੋਰ ਪਾਸੇ ਲਾਵਾਂਗੇ ਤੇ ਜਲਾਉਂਦੇ ਹੋਏ ਤੁਹਾਨੂੰ ਜ਼ਰੂਰ ਦਿਖਾਵਾਂਗੇ ਆ ਖੜਾ ਗਾ ਰਾਵਣ ਸਿੰਘ ਕਿਸੇ ਪਾਸੇ ਲੱਗਦੇ ਨਹੀਂ ਰਾਵਣ ਸਿੰਘ ਤਾਂ ਮੁੰਡਾ ਜ਼ਰੂਰ ਲੱਗਦਾ ਕੁੰਡਲੀ ਪਾ ਕਹੀਏ ਨਹੀਂ ਕਿ ਹੁੰਦਾ ਇੱਕ ਨਾਲ ਕੁੰਭਕਰਨ ਬਣਾ ਦਿੰਦੇ ਆ ਕੁੰਭਕਰਨੀ ਆ ਚਾਹੇ ਰਾਜਾ ਚਾਹੇ ਰਾਵਣ ਮੰਗ ਲੱਗ ਕੇ ਕੁੰਭਕਰ ਚਾਹੇ ਮੇਘਨਾਥ ਮੇਘਨਾਥ ਵੀ ਆ ਰਿਹਾ ਰਾਵਣ ਦਾ ਗਿਫਟ ਇਹਦੇ ਵਿੱਚ ਹੈਗਾ ਗਾ ਤਲਵਾਰ ਜਿਹਦੇ ਵਿੱਚ ਬਹੁਤ ਸਾਰੇ ਪਟਾਕੇ ਆ ਜਦੋਂ ਰਾਵਣ ਮਰ ਚੁੱਕਿਆ ਉਹਨੂੰ ਇਹ ਗਿਫਟ ਦੇਵਾਂਗੇ ਅਤੇ ਨਾਲੇ ਪਟਾਕੇ ਫੁੱਟਣਗੇ ਅਤੇ ਇਹ ਪੂਰਾ ਪੈਕਟ ਦਾ ਗਾਇਬ ਹੋ ਜਾਣਾ ਮੀਨਸ ਇਹਦੇ ਵਿੱਚ ਬਹੁਤ ਪਟਾਕੇ ਆ ਅਤੇ ਇਹ ਗੱਲ ਦੇਖੋ ਮੇਰੀ ਕਿਵੇਂ ਸਮਝ ਪਈ ਹੈ ਇਹਦੇ 'ਚ ਬਹੁਤ ਪਟਾਕੇ ਆ ਅਤੇ ਹੁਣ ਜਦੋਂ ਰਾਵਣ ਨੂੰ ਫੂਕਣ ਚੱਲਾਂਗੇ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਨਾਲੇ ਇਹਦਾ ਗਿਫਟ ਵੀ ਇਹਦੇ ਚਰਨਾਂ 'ਚ ਰੱਖ ਦਿੱਤਾ ਜਾਵੇਗਾ ਹਾਏ ਨੰਨੂ ਲੈ ਗੋਪੀ ਚ ਪਿੱਛੇ ਆਈ ਜਾਂਦੀ ਆ ਗੋਪੀ ਇੱਧਰ ਆ ਜਾ ਨਹੀਂ ਲੱਗਦਾ ਆਈ ਨਿਕ ਉੱਧਰ ਰੋਕ ਲਓ ਹੋਰ ਨਾ ਕਿਤੇ ਨੇੜੇ ਆ ਕੇ ਠਾ ਹੋ ਲਈ ਬਸ ਚਲੋ ਸਟਾਰਟ ਸੋ ਥੈਂਕ ਯੂ
ਵੀਡੀਓ ਗਾਇਸ ਵਾਚਿੰਗ ਫੋਰ ਦਿਸ ਵਲੌਗ ਤੁਹਾਨੂੰ ਦੁਸ਼ਹਿਰਿਆਂ ਦਾ ਵਲੌਗ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਛ ਕਰ ਦਿਓ ਕਿਉਂਕਿ ਇੱਦਾਂ ਦੇ ਵਲੌਗ ਸਾਡੇ ਯੂਟਿਊਬ ਚੈਨਲ ਦੇ ਵਿੱਚ ਆਉਂਦੇ ਰਹਿੰਦੇ ਆ ਸੋ ਲਾਈਕ ਕਮੈਂਟ ਸ਼ੇਅਰ ਸਭ ਨੂੰ ਸੁਣਿਆ ਕਿਉਂਕਿ ਸਬਸਕ੍ਰਾਈਬਰਸ ਬਹੁਤ ਜ਼ਿਆਦਾ ਘੱਟ ਆ ਸੋ ਹੁਣ ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ ਜੇ ਤੁਹਾਨੂੰ ਰੱਬ ਨਾਲ ਵੀਡੀਓ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਛ ਕਰ ਦਿਓ ਇੱਦਾਂ ਦੀ ਵੀਡੀਓਸ ਆਉਣ ਵਾਸਤੇ ਸੋ ਦੀਵਾਲੀ ਹਾਲੇ ਤਾਂ ਬਹੁਤ ਕੁਛ ਦੇ ਵਲੌਗ ਪਏ ਆ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਛ ਕਰ ਦਿਓ ਕਿਉਂਕਿ ਅੱਜ ਹੁਣ ਜਿਹੜੇ ਵਲੌਗ ਆਉਣੇ ਤਿਉਹਾਰਾਂ ਦੇ ਉਹ ਧਮਾਕੇਦਾਰ ਆਉਣੇ ਆ ਸੋ ਠੀਕ ਆ ਜੀ ਤੁਹਾਨੂੰ ਮਿਲਦੇ ਹੁਣ ਨੈਕਸਟ ਵਲੌਗ ਦੇ ਵਿੱਚ ਪੂਰੇ ਧੂਮ ਧਮਾਕੇ ਦੇ ਨਾਲ ਕੀ ਪਤਾ ਆਪਾਂ ਨੈਕਸਟ ਵੀਕ ਸਿੱਧਾ ਦੀਵਾਲੀ 'ਚ ਹੀ ਮਿਲੀਏ ਸੋ ਸਟੇ ਟਿਊਨ ਵਲੌਗ ਤੁਹਾਨੂੰ ਕੰਟੀਨਿਊ ਆਉਣ 'ਤੇ ਰਹਿਣਗੇ ਸੋ ਬਾਏ ਗਾਇਸ।